ਇਹ ਨਾ ਹੋਵੇ ਬਾਅਦ ਵਿੱਚ ਤੁਸੀਂ ਵੀ ਹੱਥ ਮਲਦੇ ਰਹੋ, ਕਸ਼ਮੀਰ ਦਾ ਮਸਲਾ ਤੁਹਾਡੇ ਹੱਥ ਚੋਂ ਨਿਕਲ ਜਾਏ। ਹੈ ਤਾਂ ਬੜਾ ਬੇਪਰਵਾਹ, ਉਹ ਬੱਚਿਆਂ ਕੋਲ ਅਬੂ ਜਾਲ ਮਰਵਾ ਦਿੰਦਾ। ਕਿਉਂ ਜੀ, ਕਾਬੇ ਦਾ ਮੁਤਵੱਲੀ ਵੀ ਤੇ ਨਾਲ ਮੱਕੇ ਦਾ ਸਰਦਾਰ ਵੀ ਤੇ ਇਸ ਉਮਤ ਦਾ ਫਿਰਾਉਨ ਵੀ, ਮਰਵਾਇਆ ਇਸਲਾਮ ਨੇ ਬੱਚਿਆਂ ਕੋਲ। ਕਿਆਮਤ ਤੱਕ ਉਸਕੇ ਲਈ ਬੈਸੇ ਸ਼ਰਮ ਰਹੇ, ਸਰਦਾਰ ਕਿੱਥੇ, ਤੇਰੀ ਬਹਾਦਰੀ ਕਿੱਥੇ ਤੇ ਤੇਰੀ ਚਵਲਪਨ ਕਿੱਥੇ ਤੇ ਬੱਚਿਆਂ ਤੈਨੂੰ ਬਦਰ ਲੰਮਿਆਂ ਪਾ ਦਿੱਤਾ। ਇਸਲਾਮ ਆਪਣੀ ਪਾਵਰ ਰੱਖਦਾ ਹੈ। ਇਹ ਨਾ ਹੋਵੇ ਕਿ ਅੱਲਾਹ ਤਾਲਾ ਕਿਸੇ ਹੋਰ ਦੇ ਜ਼ਰੀਏ ਕਸ਼ਮੀਰੀਆਂ ਦੀ ਮਦਦ ਕਰ ਦੇਵੇ, ਫਿਰ ਅਸੀਂ ਹੱਥ ਮਲਦੇ ਰਹੀਏ।